ਸਤਿਕਾਰਯੋਗ ਗੁਰੂ ਸਾਹਿਬ ਜੀ ਹੋ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ੇਸ਼ ਸਾਲਾਨਾ ਸਮਾਗਮ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਜਿਨ੍ਹਾਂ ਨੂੰ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਆਪ ਸੰਗਤਾਂ ਦੁਆਰਾ ਦਿੱਤੀ ਗਈ ਹੈ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਹਿਸਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਬੱਚੇ ਜਿੱਥੇ ਪੜ੍ਹਾਈ ਦੇ ਨਾਲ ਨਾਲ ਗੁਰਮਤਿ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ, ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਦੇ ਰਾਹੀਂ ਯਾਦ ਕੀਤਾ। ਹੁਣ ਆਪ ਜੀ ਦੇ ਸਾਹਮਣੇ ਇੱਕ ਘੰਟੇ ਵਾਸਤੇ ਅਮਨਦੀਪ ਸਿੰਘ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘਗੰਜ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਾ ਆਪ ਜੀ ਨੂੰ ਕੀਰਤਨ ਦੇ ਰਾਹੀਂ ਯਾਦ ਕਰਨਗੇ। ਇਹਨਾਂ ਤੋਂ ਬਾਅਦ 9 ਵਜੇ ਤੋਂ ਲੈ ਕੇ 10 ਵਜੇ ਤੱਕ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਆਪ ਜੀ ਨੂੰ ਕੀਰਤਨ ਦੇ ਰਾਹੀਂ ਯਾਦ ਕਰਨਗੇ। ਉਪਰੰਤ ਸਮਾਪਤੀ ਗੁਰੂ ਘਰ ਲੰਗਰ ਅਟੁੱਟ ਵਰਤੇਗਾ। ਇਹਨਾਂ ਨੂੰ ਬੇਨਤੀ ਆਹਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਮਰੀ
Thank you.
ਸੋ
ਸਭ ਲਾਗਾ ਸੀ ਸਾਰੇ ਕਿਰਪਾ ਕਰੇ। Baba, man, baba,
ਸੋ ਬਹੁਤ ਬਹੁਤ ਧੰਨਵਾਦ ਧੰਨ ਧੰਨ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਲ ਬਖਸ਼ਿਸ਼ ਸਕਾ ਕੀਰਤਨ ਦੀ ਹਾਜ਼ਰੀਆਂ ਪਈਆਂ। ਮਹਾਰਾਜ ਨੇ ਬੜੀ ਕਿਰਪਾ ਕਰਕੇ ਸੀਸ ਉੱਪਰ ਹੱਥ ਰੱਖ ਕੇ ਕੀਰਤਨ ਦੀ ਹਾਜ਼ਰੀਆਂ ਪਵਾਈਆਂ। ਸਮੂਹ ਗੁਰਬੰਧਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ। ਚਲਦੇ ਰਹੇ ਬੈਟਰੀ ਸਰੋਪਾ ਵੇਟ ਕਰ ਲੱਗੇ ਭਾਜੀ ਕਰਨਾ ਸਾਹਿਬ
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾਲਿਓ ਮਾਵੀ ਨਗਰ, ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਕੋਲ ਮਾਵੀ ਨਗਰ ਗਣੇਸ਼ ਨਗਰ, ਗੁਰਦੁਆਰਾ ਸਾਹਿਬ ਨਾਨਕ ਸਾਹਿਬ ਕ੍ਰਿਸ਼ਨਾਪੁਰੀ ਅਤੇ ਖਾਲਸਾ ਦੀਵਾਨ ਗਣੇਸ਼ ਨਗਰ, ਇਹ ਸਾਰੀਆਂ ਜਥੇਬੰਦੀਆਂ। ਇਹਨਾਂ ਤੋਂ ਇਲਾਵਾ ਮੇਰੇ ਬਹੁਤ ਹੀ ਸਤਿਕਾਰਯੋਗ ਭੈਣਾਂ ਮਾਤਾਵਾਂ ਇਸਤਰੀ ਸਤਸੰਗ ਜਥੇ ਕ੍ਰਿਸ਼ਨਾ ਪਾਰਕ ਕ੍ਰਿਸ਼ਨਾਪੁਰੀ ਐਂਡ ਟੂ ਬਲੋਕ ਗਣੇਸ਼ ਨਗਰ, ਸਾਰੀਆਂ ਇਸਤਰੀ ਸਤਸੰਗ ਜਥਿਆਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਦਾਸ ਨੂੰ ਇਹ ਮਾਨ ਬਖਸ਼ਿਆ। ਉਹਨਾਂ ਦੀ ਬਦੌਲਤ ਹੀ ਇਹ ਸੇਵਾ ਮਿਲੀ ਹੈ। ਸਮੂਹ ਸੰਗਤਾਂ ਦਾ ਮੈਂ ਧੰਨਵਾਦੀ ਹਾਂ। ਜਿੱਥੇ ਸੰਗਤਾਂ ਦਾ ਧੰਨਵਾਦ ਕਰ ਰਹੇ ਹਾਂ ਉੱਥੇ ਸਤ ਸੰਗਤ ਜੀ, ਸਾਡੇ ਬਹੁਤ ਸਾਰੇ ਸਿੱਖ ਮਸਲੇ ਹੁੰਦੇ ਹਨ ਜਿੱਥੇ ਸਾਨੂੰ ਲਾਅ ਐਂਡ ਆਰਡਰ ਪ੍ਰਸ਼ਾਸਨ ਉਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ, ਔਰ ਸਮੇਂ ਸਮੇਂ ਦੇ ਉੱਤੇ ਪਹਿਲਾਂ ਵੀ ਸਾਨੂੰ ਹਮੇਸ਼ਾ ਸਹਿਯੋਗ ਮਿਲਦਾ ਆਇਆ ਹੈ ਪ੍ਰਸ਼ਾਸਨ ਵੱਲੋਂ, ਪੁਲਿਸ ਵੱਲੋਂ, ਔਰ ਅੱਗੇ ਵੀ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਡੇ ਜੋ ਵੀ ਕੌਮ ਦੇ ਪੰਥ ਦੇ ਮਸਲੇ ਹੁੰਦੇ ਹਨ ਜਿਹੜੇ ਵੀ ਅਸੀਂ ਲੈ ਕੇ ਜਾਂਦੇ ਹਾਂ, ਉਹਨਾਂ ਦੇ ਵਾਸਤੇ ਵੱਧ ਤੋਂ ਵੱਧ ਸਾਨੂੰ ਸਹਿਯੋਗ ਪ੍ਰਸ਼ਾਸਨ ਵੱਲੋਂ ਮਿਲੇਗਾ। ਪਿੱਛੇ ਜੇ ਵੀ ਇੱਕ ਕੇਸ ਸੀ ਜੋ ਕਿ ਇੱਕ ਮਾਨਵਤਾ ਦਾ ਮੈਂ ਸਮਝਦਾ ਇੱਕ ਨਿਰਾਦਰ ਸੀ ਬਹੁਤ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ, ਕਿਉਂਕਿ ਸਾਰੇ ਧਰਮਾਂ ਦਾ ਸਤਿਕਾਰ ਹੈ। ਗੁਰੂ ਘਰ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੋਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਸੋ ਪਿੱਛੇ ਜੇ ਇੱਕ ਬਹੁਤ ਅਨਹੋਣੀ ਘਟਨਾ ਐਸੀ ਹੋਈ ਜਿਹਦੇ ਵਿੱਚ ਕੋਈ ਸ਼ਰਾਰਤੀ ਅਨਸਰਾਂ ਨੇ ਕੋਸ਼ਿਸ਼ ਕੀਤੀ ਡੀਫੇਮ ਕਰਨ ਦੀ ਗੁਰੂ ਸਾਹਿਬ ਨੂੰ ਵੀ, ਹੋਰ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਵੀ, ਅਤੇ ਉਸਦੀ ਸਾਰੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੇ ਮਿਲ ਕੇ, ਚਾਹੇ ਉਹ ਨਿਊ ਮਹਾਂਵੀਰ ਨਗਰ ਦੀ ਕਮੇਟੀ ਹੋਵੇ, ਚਾਹੇ ਗਣੇਸ਼ ਨਗਰ ਦੀ ਕਮੇਟੀ ਹੋਵੇ, ਚਾਹੇ ਹੋਰ ਸਾਡੀਆਂ ਸੰਸਥਾਵਾਂ ਹੋਣ, ਸਾਰਿਆਂ ਨੇ ਮਿਲ ਕੇ ਉਸਦਾ ਜ਼ੋਰਦਾਰ ਉਸਦੀ ਪੈਰਵਾਈ ਕੀਤੀ। ਅਤੇ ਮੈਂ ਧੰਨਵਾਦੀ ਹਾਂ ਸਾਡੇ ਇਲਾਕੇ ਦੇ ਵੈਸਟ ਡਿਸਟ੍ਰਿਕਟ ਦੇ DCP ਸਾਹਿਬ ਸ਼੍ਰੀ ਵਿਜੇ ਕੁਮਾਰ ਜੀ ਜਿਨ੍ਹਾਂ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ, ਔਰ ਉਹਨਾਂ ਨੇ ਰਾਤ ਦਿਨ ਇੱਕ ਕਰਕੇ ਆਪਣੀ ਸਾਰੀ ਟੀਮ ਨੂੰ ਲਗਾ ਕੇ ਉਹ ਸਾਡੀ ਜੋ ਸਮੱਸਿਆ ਸੀ ਉਹ ਹੱਲ ਕੀਤੀ। ਮੈਂ ਉਸਨੂੰ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਲੇਕਿਨ ਕਿਉਂਕਿ ਉਹ ਮਸਲਾ ਮਾਨਵਤਾ ਦਾ ਸੀ, ਸਿੱਖ ਧਰਮ ਨਾਲ ਵੀ ਪੰਥ ਨਾਲ ਜੁੜਿਆ ਹੋਇਆ ਸੀ, ਅਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰ ਰਹੇ ਹਾਂ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਬਹੁਤ ਵੱਡੀ ਸਾਡੀ ਬਾਂਹ ਫੜੀ। ਸੋ ਮੈਂ ਬੇਨਤੀ ਕਰਦਾ ਹਾਂ ਸਾਡੇ ਮੇਰੇ ਨਾਲ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਕਾਸਪੁਰੀ ਤੋਂ ਮੈਂਬਰ ਸਾਹਿਬ ਸਰਦਾਰ ਮਨਮੋਹਨ ਸਿੰਘ ਜੀ, ਉਹ ਵੀ ਹਾਜ਼ਰੀਆਂ ਭਰ ਰਹੇ ਹਨ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਸਟੇਜ 'ਤੇ ਆਉਣ, ਨਾਲ ਹੀ ਮੈਂ ਬੇਨਤੀ ਕਰਾਂਗਾ ਸਰਦਾਰ ਤਖਤ ਸਿੰਘ ਹੋਰਾਂ ਨੂੰ ਉਹ ਵੀ ਸਟੇਜ 'ਤੇ ਆਉਣ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦਿੱਲੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮਾਕਮ ਸਾਹਿਬ, ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਵੀ ਸਟੇਜ ਦੇ ਉੱਤੇ ਆਉਣ, ਅਤੇ ਗੁਰੂ ਪਿਆਰੇ ਸਤਸੰਗ ਜੀ ਸ਼੍ਰੀ ਵਿਜੇ ਕੁਮਾਰ ਜੀ DCP ਸਾਹਿਬ, ਉਹਨਾਂ ਦਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ, ਔਰ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਨਾ ਹੈ। ਨਾਲ ਹੀ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਸਾਡੇ ਤਿਲਕ ਨਗਰ ਤੋਂ SHO ਸ਼ਿਸ਼ਵ ਕੁਮਾਰ ਜੀ, ਉਹਨਾਂ ਦੇ ਨਾਲ ਅਡੀਸ਼ਨਲ SHO ਸਰਦਾਰ ਗੁਰਨਾਮ ਸਿੰਘ ਜੀ ਅਤੇ ਸ਼੍ਰੀ ਸਤੀਸ਼ ਕੁਮਾਰ ਜੀ ਉਹ ਵੀ ਆਏ ਹਨ, ਉਹਨਾਂ ਨੇ ਵੀ ਸਾਡੀ ਸਾਰਿਆਂ ਦੀ ਮਦਦ ਕੀਤੀ। ਮੈਂ ਸਰਦਾਰ ਇਕਬਾਲ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ ਉਹ ਵੀ ਸਟੇਜ 'ਤੇ ਆ ਜਾਣ, ਸਰਦਾਰ ਪਿਆਰਾ ਸਿੰਘ ਜੀ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਵੀ ਸਟੇਜ 'ਤੇ ਆਉਣ, ਸਰਦਾਰ ਮਨਮੋਹਨ ਸਿੰਘ ਹੋਰਾਂ ਨੂੰ ਮੈਂ ਬੇਨਤੀ ਕਰਾਂਗਾ ਉਹ DCP ਸਾਹਿਬ ਦਾ ਸਰੂਪਾ ਦੇ ਨਾਲ ਸਵਾਗਤ ਕਰਨਗੇ ਉਹਨਾਂ ਦਾ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਤਖਤ ਸਿੰਘ ਹੋਰਾਂ ਨੂੰ ਕਿ ਉਹ ਪਹਿਲਾਂ ਮੈਂ ਬੇਨਤੀ ਕਰਾਂਗਾ DCP ਸਾਹਿਬ ਨੂੰ ਕਿ ਉਹ 2 ਮਿੰਟ ਵਾਸਤੇ ਸੰਗਤਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣ। DCP ਸਾਹਿਬ ਸ਼੍ਰੀ ਵਿਜੇ ਕੁਮਾਰ ਜੀ ਆਪ ਸਭ ਮਾਤਾ ਬਹਿਨੋ ਕੋ ਭਾਈਓ ਕੋ ਬੱਚੋ ਕੋ ਮੇਰਾ ਨਮਸਕਾਰ। ਜ਼ਿੰਦਗੀ ਮੇਂ ਪਹਿਲੀ ਵਾਰ ਗੁਰਦੁਆਰਾ ਆ ਕੇ ਇਤਨਾ ਅੱਛਾ ਲਗਾ ਹੈ, ਮਨ ਜੋ ਹੈ ਇੱਕਦਮ ਖੁਸ਼ ਹੋ ਗਿਆ ਹੈ।
और मैं ज्यादा नहीं बोल के दो लाइनें जरूर बोलूंगा, वाहेगुरु जी की खालसा वाहेगुरु जी की फतह। धन्यवाद। बहुत बहुत धन्यवाद श्री विजय कुमार जी का। मैं दत्तक सिंह होरां नूं बेनती करांगा कि वह एस एच ओ साहब नूं शिशु कुमार जी नूं उन्हां नूं गुरु की बख्श सुरूपा भेंट करन। बोले सो निहार। मैं बेनती करांगा सरदार प्यारा सिंह जी नूं कि वह डिविजनल एस एच ओ सरदार गुरनाम सिंह जी उन्हां नूं सुरूपा भेंट करन। बोले सो निहार। मैं बेनती करांगा भोलीवीर जी नूं कि वह सतीश कुमार जी उन्हां नूं बोले सो निहार। मैं बेनती करदा सरदार इकबाल सिंह होरां नूं कि वह साढ़े नाल वाली सीट विकासपुरी तो चुने हुए मैंबर सरदार मनमोहन सिंह जी उन्हां दा स्वागत करन, सुरूपा गुरु की बख्शिश भेंट करन। सरदार मनमोहन सिंह जी तो बाकी समूह संगत दे असीं धन्नवादी हाँ जिन्हां ने ये सारे समागम के हाजरियां भी भर रहे हैं और गुरु प्यारी साहब सिंह जी साढ़े विच साढ़े एसीपी साहब भी आ रहे हैं क्योंकि इन्होंने साडा भरपूर सहयोग दिता है। जो मसला सी साडा सिख कौम का, इस करके साडा फर्ज बनता है कि असीं इन्हां की हौसला अफजाई जरूर करिए ताकि अगर साडा कोई भी कौम का मसला होवे आने वाले समय के विच भी तो ये साडे नाल खड़े होण। सानूं माण है इस गल का। साढ़े विच एसीपी साहब भी आ रहे हैं, उन्हां दा भी असीं धन्नवाद जरूर करांगे। गुरु प्यारी साध संगत जी साढ़े विच अज के इस समागम के शुकराना समागम अज का है। इस जिथे असी साढ़े पंथ के जिन्हें सानू माण है, कौम को माण है, सचखंड श्री दरबार साहब उतों के हजूरी रागी भाई साहब भाई रविंदर सिंह जी उन्होंने असी बेनती की सी, साड़ी बेनती उन्होंने प्रवान की है और सानू बड़ी खुशी है कि अज इस खुशी के दिहाड़े के उत्ते उन्होंने साड़ी बेनती प्रवान करके संगतान कीर्तन द्वारा निहाल करेंगे। उस तो पहला मैं बेनती करांगा सरदार दलबीर सिंह जी बिट्टू जो कि साढ़े अहम मैंबर हैं, बहुत सेवा साढ़े नाल गुरद्वारा साहब भी निभा रहे हैं, वह भी स्टेज के उत्ते आन। और मैं सरदार तखत सिंह होरां नूं बेनती करांगा कि उन्होंने गुरु की बख्श सुरूपा देन ते नाल ही जिहड़ी साड़ी इमारत गुरु घर की नवी इमारत बना रहे हैं उसारी अधीन है, उस दे विच वध चढ़ के सेवा सरदार दलबीर सिंह जी अपनी टीम के नाल साड़ी सारी कमेटी के नाल सेवा वध चढ़ के करन। उन्हां नूं चेयरमैन की सेवा बिल्डिंग कमेटी की। बोले सो निहार। नाल ही मैं बेनती करांगा सरदार सुरिंदर सिंह जी बिंद्रा साहब अगर वह भी हाजरियां भर रहे हो तो वह भी स्टेज के उत्ते आन। सरदार सरदार कमलजीत सिंह जी के ब्लॉक तो अगर वो मेरी आवाज उन्हां तक पहुंच रही होवे तो वह भी स्टेज के उत्ते आन। गुरु प्यारी साध सिंह जी तुसीं जानते हो कि स्टोर की सेवा जिहड़ी है वह सेवा असीं इन्हां नूं दोनों वीरां नूं दे रहे हाँ। सरदार कमलजीत सिंह जी ते सरदार सुरिंदर सिंह जी बिंद्रा साहब खोले सो निहार।
बोले सोनिहा साडे विच गुरुद्वारा श्री गुरु सिंह सभा विकासपुरी उत्थों दे जनरल सकत्तर सरदार इंद्रजीत सिंह जी वह भी हाजरियां भर रहे हैं। मैं उन्होंने भी बेनती करांगा उस स्टेज पर आ सरदार गुरप्रीत सिंह जी सोनू जी फतेहनगर तो वह भी आए हैं उन्होंने भी ऐ कहने वह भी स्टेज पर आन बोले सोनिहा बोले सोनिहा गुरु प्यारी साध संगत जी साडे विच दिल्ली सिख गुरुद्वारा प्रबंधक कमेटी के प्रधान साहब सरदार मनजीत सिंह जी जीके साहब जिन्हां ने संगतां दा धन्नवाद करन वास्ते जरूर पहुंचना सी और वो रस्ते विच ही सन कि रस्ते विच ही उन्हां नूं फोन आ गया किसी की डैथ हो गई जिस करके उन्हां नूं वापस जाना पिया। इस करके उन्होंने बिहार के उत्ते उन्होंने कहा जी तुम कल साहब संगत का धन्यवाद मेरे वालों जरूर करना। तो साढ़े बच्चे जनरल सकत्र सरदार मनजिंदर सिंह जी सिरसा जी उन्होंने भी संगत का धन्यवाद करना आना है। चन्ना बार से उतों आ रहे हैं लेट हो थोड़ा लेट हो रहे हैं पहुँचने की कोशिश कर रहे हैं। सो गुरु प्यारी शासक जी मैं एक बार फिर आप समूह संगत का सरदार सुरजीत सिंह जी दुग्गल साहब गुरुद्वारा श्री गुरु सिंह सभा कोटमावी नगर तो आए हैं उन्होंने भी असं स्टेज पर सदा दें। सरदार इकबाल सिंह जी उन्होंने भी स्टेज के उत्ते सदा दें। सो गुरु प्यारी साध संगत जी मैं ज़्यादा समा नहीं लैना क्योंकि असी तरन तारण साहब श्री गुरु ग्रंथ साहब महाराज जी का शुकराना करना है। तो गुरु साहब का शुकराना करते हुए आप संगत जुड़ बैठिया हो इलाही बाणी का कीर्तन सरवण करना है। भाई साहब भी आए हैं उन्होंने समा भी बहुत कीमती है और साढ़े वास्ते समा बहुत लाहे का समा है। मैं भाई साहब जी को बेनती करांगा कि वो स्टेज के उत्ते विराजमान होकर संगतों को कीर्तन सरवण करवाउण। मैं समूह एक बार फिर समूह साध संगत गणेश नगर सरदार हरजिंदर पाल सिंह जी मोखा जी सरदार के एस वोरा जी ते बिट्टू जी गणेश नगर तो विशेष तौर के उत्ते मैं उन्होंने धन्यवादी हाँ। सरदार अजय पाल सिंह जी ए ब्लॉक गणेश नगर तो जिन्होंने भरपूर सहयोग किया कि सारे साढ़े इलेक्शन प्रोसैस के सारे का मैं तह दिल तो धन्यवादी हाँ। उन्होंने सारे ने यह सेवा संगत की। सो गुरु प्यारी साध संगत जी मैं सारे का नाम नहीं लै सकता लेकिन कोई नाम रह जाए साड़ी सारी प्रबंधक कमेटी गुरुद्वारा श्री गुरु सिंह सभा कृष्णा पारक की जिन्होंने दास को हमेशा वध चढ़ के सेवा की। साढ़े विच पाई साहब भाई सतिंदर सिंह जी सरताज हजूरी रागी सीसगंज साहब वह भी हाजरियां भर रहे हैं। मैं उन्होंने भी बेनती करांगा उस स्टेज पर आन सैकटरी साहब को बेनती करांगा उन्होंने गुरु जी बख्श स्वरूपा पेट कर। सरदार सतिंदर सिंह जी गुरु प्यारी साध संगत जी कोई नाम रह लै क्योंकि सारे का नाम मैं लै नहीं सकता लेकिन मैं तह दिल तो सारिया संगत का धन्यवादी हाँ जिन्होंने दास को यह मान बख्शा है यह सेवा का मौका बख्शा है और ये जो सेवा आप संगत ने दिखी है मैं बेनती करांगा कि जिथे आप जी ने इन्ना मान बख्शा उत्थे होर कृपा करियो जे कि यह सेवा सारे ने मिल के करनी है यह सेवा सारे ने मिल के करनी है क्योंकि
ਇਹ ਸੰਗਤਾਂ ਦੀ ਸੇਵਾ ਹੈ, ਕੌਮ ਦੀ ਸੇਵਾ ਹੈ, ਪੰਥ ਦੀ ਸੇਵਾ ਹੈ, ਨਿਰੋਲ ਧਾਰਮਿਕ ਸੇਵਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਸਿਰਮੌਰ ਸਾਡੀ ਇਹ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੰਬਰ ਆਉਂਦਾ ਹੈ, ਜੋ ਕਿ ਨਾ ਕੇਵਲ ਦਿੱਲੀ ਦੇ ਵਿੱਚ ਸਾਡੇ ਗੁਰਦੁਆਰਿਆਂ ਦੀ ਸੇਵਾ ਨਿਭਾ ਰਹੇ ਹਨ, ਉਹਦੇ ਨਾਲ ਨਾਲ ਸਾਡੇ ਵਿਦਿਅਕ ਅਦਾਰੇ, ਕਾਲਜਸ, ਹੋਰ ਬਹੁਤ ਸਾਰੇ ਸਾਡੇ ਸਿੱਖ ਪੰਥ ਦੇ ਮਸਲੇ ਹਨ ਜਿਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਜ਼ਿੰਮੇਵਾਰੀ ਹੈ। ਸੋ ਮੈਂ ਸਮਝਦਾ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਆਪ ਸਾਰੀਆਂ ਸੰਗਤਾਂ ਇਲਾਕੇ ਦੀਆਂ ਮੈਂਬਰ, ਮੈਂ ਵੀ, ਤੁਸੀਂ ਸਾਰੇ ਮੈਂਬਰ ਹੋ, ਅਤੇ ਮੈਂ ਸਮਝਦਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਇਹ ਸੇਵਾ ਕਰਨੀ ਹੈ। ਦਾਸ ਦੇ ਨਾਲ ਤੁਸੀਂ ਸਾਰੇ ਸਹਿਯੋਗ ਕਰੋ ਤਾਂ ਕਿ ਅਸੀਂ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕੀਏ, ਸੰਗਤਾਂ ਦੀ ਸੇਵਾ ਵੱਧ ਚੜ੍ਹ ਕੇ ਕਰ ਸਕੀਏ। ਸਾਡੇ ਵਿੱਚ ਸਾਡੇ ACP ਸਾਹਿਬ ਤਿਲਕ ਨਗਰ ਤੋਂ ਸ਼੍ਰੀ ਅਲਕ ਪਟੇਲ ਜੀ, ਉਹ ਵੀ ਪਹੁੰਚ ਚੁੱਕੇ ਹਨ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਇਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ, ਇਹਨਾਂ ਦੀ ਜੋ ਸ਼ਖਸੀਅਤ ਹੈ, ਕਿਉਂਕਿ ਸਾਡੇ ਸਾਰੇ ਇਲਾਕੇ ਦੇ ਸੱਜਣ ਵੀਰ ਪਤਵੰਤੇ ਉੱਥੇ ਥਾਣੇ 'ਚ ਪਹੁੰਚੇ ਸਨ, ਇਹਨਾਂ ਨੇ ਬਹੁਤ ਸਾਨੂੰ ਸਹਿਯੋਗ ਕੀਤਾ, ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਬੋਲਦੇ ਸੋ ਨਿਹਾਲ ਸਤਿਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦ ਦੇ ਸ਼ਬਦਾਂ ਦੇ ਨਾਲ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ, ਪਰ ਨਾਲ ਹੀ ਬੇਨਤੀ ਹੈ ਕਿ ਗੁਰੂ ਘਰ ਲੰਗਰ ਲੰਗਰ ਹਾਲ ਦੇ ਵਿੱਚ ਲੰਗਰ ਅਟੁੱਟ ਵਰਤ ਰਿਹਾ ਹੈ, ਆਪ ਸੰਗਤਾਂ ਲੰਗਰ ਵੀ ਜ਼ਰੂਰ ਸਾਰਿਆਂ ਨੇ ਛੱਕ ਕੇ ਜਾਣਾ ਹੈ ਜੀ, ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Yeah.
संतों